हाँ भाई, क्या नाम है? मोहम्मद सईद। मोहम्मद सईद कितने रहना है? मोहम्मद सईद कोट फतेह दीन। कोट फतेह दीन कदों तो रहना है? ਇੱਥੇ 10-12 ਸਾਲ ਤੋਂ ਰਹਿ ਗਏ। ਪਹਿਲੇ ਕਿੱਥੇ ਰਹਿੰਦਾ ਸੀ? ਪਹਿਲੇ ਅਸੀਂ ਸੇਠ ਆਬਦ ਦੇ ਡਿਸਪੈਂਸਰੀ ਕੋਲ ਉੱਧਰ ਰਹੇ ਸੀ ਸਰ। ਅੱਛਾ, ਪਹਿਲੇ ਉੱਥੇ ਰਹਿੰਦਾ ਸੀ। ਕਿੰਨੇ ਭੈਣ ਭਰਾ ਹੋ? ਅਸੀਂ 2 ਭੈਣਾਂ 3 ਭਾਈਆਂ, ਬਾਪ ਨਹੀਂ ਆਇਆ, ਵਾਲਦਾ ਬਸ। ਅੱਛਾ, 2 ਭੈਣਾਂ 3 ਭਰਾ ਹੋ। ਕਿੰਨਵੇਂ ਨੰਬਰ ਤੇ? ਮੈਂ ਸਭ ਨਾਲੋਂ ਛੋਟਾ। ਸਭ ਤੋਂ ਛੋਟਾ? ਸਹੀ ਹੈ। ਤੇ ਕੀ ਹੋਇਆ ਜੀ ਇਹਦੇ ਨਾਲ? ਕਦੋਂ ਹੋਈ ਸੀ ਦੋਸਤੀ ਇਬਰਾਰ ਨਾਲ? ਇਹਦੇ ਨਾਲ 8-10 ਸਾਲਾਂ ਤੋਂ ਤਲਕ ਸੀ, ਭੈਣ ਉੱਠਣ ਬਣਿਆ ਸੀ। ਅੱਛਾ, ਕਿਵੇਂ ਤਲਕ ਸੀ? ਤੇਰੀ ਉਮਰ ਕਿੰਨੀ ਹੈ? ਮੇਰੀ 26 ਸਾਲ ਉਮਰ। 26 ਸਾਲ ਉਮਰ ਹੈ ਤੇ ਉਹਦੀ ਇਬਰਾਰ ਦੀ ਕਿੰਨੀ ਉਮਰ ਸੀ? ਉਸਦੀ ਉਮਰ ਦਾ ਅੰਦਾਜ਼ਾ ਨਹੀਂ ਹੈ, 40-45 ਸਾਲ ਹੋ ਗਏ। 57 ਸਾਲ ਪੁਲਿਸ ਦੱਸਦੀ ਹੈ ਕਿ ਬਜ਼ੁਰਗ ਆਦਮੀ ਸੀ, 60 ਸਾਲ ਦੇ ਕਰੀਬ। ਤੇ ਕਿਵੇਂ ਦੋਸਤੀ ਹੋਈ ਤੇਰੀ ਉਹਦੇ ਨਾਲ? ਉਹ ਨਾ ਮੁਹੱਲੇਦਾਰ ਥਾ। ਮੇਰੀ ਤਰਫ ਦੇਖੋ। ਮੁਹੱਲੇਦਾਰ ਥਾ ਉਹ, ਮੈਂ ਕਾਮ ਲੈ ਕਰ ਦੇਖਾ ਥਾ ਇਹ ਕਾਰਪੈਂਟਰ ਕਾ। ਹਾਂ। ਤੋ ਬਾਹਰ ਅੰਦਰ ਕਾਮ ਕਰਨੇ ਜਾਤਾ ਥਾ, ਬੈਨ ਉਠਣ ਬਣਾ ਥਾ। ਬੈਨ ਉਠਣ ਕਹਾਂ ਪੇ ਬਣਾ ਥਾ? ਇਧਰ ਪੁਰਾਣੇ ਮੁਹੱਲੇ ਮੇਂ ਬਣਾ ਥਾ। ਤੁਮ ਕਿਆ ਕਾਮ ਕਰਤੇ ਹੋ? ਮੈਂ ਕਾਰਪੈਂਟਰ ਕਾ ਕਾਮ ਕਰਤਾ ਹਾਂ। कारपेंटर हो? हाँ। और वो? वो चकने वेलने का काम करता है। चकना वेलना? वो रोटियों वाले नहीं होते, चकने वो बनाता है? वो बनाता है। अच्छा, खुद बनाता है? हाँ जी। अच्छा, 7-8 साल पहले? हाँ जी। ठीक है, 7-8 साल पहले। 17 साल के हो गए तुम? हाँ जी। लेदार सी तेरा घर देखो, ओली घर सी? कितनी दूर घर? 2-4 गलियां का फर्क सी। अच्छा, इब्रार नाल दोस्ती हो गई फिर तेरी? उदो 17 साल दा सी जदों दोस्ती हुई। ठीक है, फिर? ਫਿਰ ਦੁਬਾਰਾ ਆਉਣ ਦਾ ਬਹਿਣ ਉੱਠਣ ਬਣ ਗਿਆ ਸੀ। ਅੱਛਾ, ਉਹ ਕੰਮ ਕੁੰਮ ਲੈ ਕੇ ਦਿੰਦਾ ਸੀ ਮੈਨੂੰ, ਤਰਹਾਨਾ ਦਾ ਘਰਾਂ 'ਚ ਕੰਮ ਕਰੀ ਰਹਿਣਾ। ਹਾਂ, ਇਸ ਤਰ੍ਹਾਂ ਆਸਤਾ ਆਸਤਾ ਬਹਿਣ ਉੱਠਣ ਬਣਿਆ ਸੀ, ਇਸ ਤਰ੍ਹਾਂ ਤਲਕ ਉਹਦੇ ਨਾਲ ਬਣਿਆ। ਠੀਕ ਹੈ, ਤਲਕ ਬਣ ਗਿਆ। ਫਿਰ ਕਿਹੋ ਜਿਹਾ ਗੁਜ਼ਰਿਆ? ਇੰਨੇ ਸਾਲ ਗੁਜ਼ਾਰਤੇ ਉਹਦੇ ਨਾਲ, ਅਤੇ ਅਚਾਨਕ ਉਹਨੂੰ ਕਿਉਂ ਕਤਲ ਕਰਤਾ ਫਿਰ? ਅਚਾਨਕ ਸਰ ਜੀ, ਮੈਨੂੰ ਇੱਥੋਂ ਸ਼ਬਾਦ ਰੋਟੋ ਲੈ ਕੇ ਗਿਆ, ਫੋਨ ਕੀਤਾ, ਉਹਦੇ ਨਾਲ ਬਹਿ ਕੇ ਗਿਆ, ਉੱਥੇ ਬੈਠੇ ਹਾਂ। ਮੈਂ ਖਾਣਾ ਲੈ ਕੇ ਆਇਆ ਉਹਦੇ ਵਾਸਤੇ, ਖਾਣਾ ਲਿਆ ਬਾਹਰੋਂ ਸਟੀਲ ਬਾਗੋਂ, ਖਾਣਾ ਉਹ ਨਵੇਂ ਅੱਡੇ 'ਚੋਂ ਖਾਣਾ ਲੈ ਕੇ ਗਿਆ, ਬੋਤਲ ਲੈ ਕੇ ਗਿਆ, ਬਹਿ ਕੇ ਖਾਧਾ ਖੂਧਾ। ਕਿੱਥੇ ਲੈ ਕੇ ਗਿਆ? ਹਾਜੀ ਪਾਰਕ। ਹਾਜੀ ਪਾਰਕ ਕਿਹੜੀ ਜਗ੍ਹਾ ਤੇ? ਹਾਜੀ ਪਾਰਕ। ਹਾਂਜੀ, ਘਰ ਕਿਹਦਾ ਸੀ? ਉਹਦੇ ਭਾਈ ਦਾ। ਉਹਦੇ ਭਾਈ ਦਾ? ਉੱਥੇ ਜਾਂਦਾ ਰਹਿੰਦਾ ਸੀ ਅਕਸਰ ਤੂੰ? ਅਕਸਰ 3-4 ਦਫ਼ਾ ਗਿਆ ਸੋਚੇ ਜਦੋਂ ਦਾ ਨਵਾਂ ਬਣਿਆ ਸੀ। ਪਹਿਲੇ ਤਾਂ ਇੱਧਰ ਮੁਹੱਲੇ ਵਿੱਚ ਹੁੰਦੇ ਸੀ, ਉਹ ਨਵਾਂ ਉਹਨਾਂ ਨੇ ਹੁਣ ਕਿਤੇ ਬਣਾਇਆ। ਪਹਿਲੇ ਵੀ ਉਹਦਾ ਆਪਣਾ ਘਰ ਹੈ ਦੂਸਰਾ? ਪਹਿਲੇ ਵਾਲਾ ਇੱਧਰ ਗਲੀ 4 ਕੋਟ ਫਤਿਹ ਦੇ, ਉੱਥੇ ਵੀ ਘਰ ਹੈਗਾ? ਹਾਂਜੀ। ਇਹ ਨਵਾਂ ਘਰ ਹੈ? ਹਾਂਜੀ। ਅੱਛਾ, ਇੱਥੇ ਉਹਨੇ ਕੀ ਕਿਹਾ ਜੀ? ਫੋਨ ਕਰਕੇ ਕਿਹਾ? ਹਾਂ, ਉਹਨੇ ਫੋਨ ਕੀਤਾ ਸੀ, ਮੈਂ ਸ਼ਬਾਦ ਰੋਟੋ ਲੈ ਕੇ ਗਿਆ ਸੀ। ਅੱਛਾ, ਨਾਲ ਲੈ ਕੇ ਗਿਆ? ਹਾਂਜੀ। ਕੀ ਕਹਿੰਦਾ? ਕਿਉਂਕਿ ਉਹਨੇ ਕਿਹਾ ਆਈਆ ਉੱਥੇ ਜਾ ਕੇ ਬਹਿੰਦੇ ਬੁਣੇ ਆ, ਤੇ ਰੋਟੀ ਰੂਟੀ ਖਾਂਦੇ, ਰੋਟੀ ਵੀ ਮੈਂ ਲੈ ਕੇ ਗਿਆ, ਬੋਤਲ ਲੈ ਕੇ ਗਿਆ, ਉਹਨੂੰ ਛੱਡ ਕੇ ਆ ਕੇ ਦੁਬਾਰਾ ਰੋਟੀ ਸਟੀਲ ਨਵੇਂ ਅੱਡੇ 'ਚੋਂ ਲੈ ਕੇ ਗਿਆ। ਅੱਛਾ, ਬਹਿ ਕੇ ਖਾਧੀ ਖੂਧੀ ਗਈ, ਅਤੇ ਦੁਬਾਰਾ ਕੀ ਹੁੰਦਾ ਨਾ, ਅੱਧਾ ਘੰਟਾ ਬੈਠੇ ਉਹਨੇ ਮੈਨੂੰ ਕਿਹਾ, ਮੈਨੂੰ ਥੋੜ੍ਹਾ ਜਿਹਾ ਦਬਾ ਦੇ, ਇੱਕ ਲੜਕਾ ਹੋਰ ਉੱਥੇ ਆਉਂਦਾ ਸੀ, ਉਹ ਰੈਗੂੜਾ ਲਾਉਂਦਾ ਸੀ। ਅੱਛਾ, ਉਹ ਬਹਿ ਉੱਠ ਕੇ ਚਲਾ ਜਾਂਦਾ ਸੀ। ਅੱਛਾ, ਉਹ ਅੱਧਾ ਘੰਟਾ ਉਹ ਬੈਠਾ ਰਿਹਾ ਕੋਲ, ਉਹ ਰੋਟੀ ਰੂਟੀ ਖਾ ਕੇ ਉਹ ਚਲਾ ਗਿਆ। ਫਿਰ ਦੁਬਾਰਾ ਕੀ ਹੁੰਦਾ ਨਾ, ਉਹਦੇ ਕੋਲ ਮੈਂ ਬੈਠਾ ਰਿਹਾ, ਉਹ ਕਹਿੰਦਾ ਸੀ ਮੈਨੂੰ ਥੋੜ੍ਹਾ ਜਿਹਾ ਦਬਾ, ਯਾਨੀ ਕਿ ਮੈਂ ਦਬਾਉਂਦਾ ਰਿਹਾ, ਜਿਸਮ ਜਿਸਮ ਹੁੰਦਾ ਥੋੜ੍ਹਾ ਦਬਾਇਆ। ਅਤੇ ਫਿਰ ਦੁਬਾਰਾ ਝੱਟ ਕੁ 1-2 ਘੰਟੇ ਲੰਘੇ, ਸੋ ਗਏ ਅਸੀਂ। ਫਿਰ ਉੱਠੇ ਹਾਂ ਅਤੇ ਉਹਨੇ ਮੈਨੂੰ ਜੂਸ ਜਾਰ ਚ ਪਿਲਾਇਆ, ਅਤੇ ਫਿਰ ਦੁਬਾਰਾ ਸੁਬਾਹ ਸੁਬਾਹ ਟਾਈਮ ਹੋਇਆ 6:45 ਦਾ, ਯਾਨੀ ਕਿ ਉਸਦਾ ਨਹੀਂ ਸੁੱਤਾ ਸੀ ਉਹ ਦਿਨ। ਅੱਛਾ, ਅਤੇ ਉੱਥੇ ਹੀ ਸੁੱਤਾ ਸਾ, ਅਤੇ ਉੱਠੇ ਹਾਂ 7:15 ਦਾ ਟਾਈਮ ਸੀ, ਅਤੇ ਉਹਨੇ ਮੇਰੇ ਨਾਲ ਨਾ ਮੇਰੀ ਤਬੀਅਤ ਨਹੀਂ ਠੀਕ ਸੀ, ਉਹਨੇ ਮੈਨੂੰ ਕਿਹਾ ਸੀ ਕਿ ਮੈਂ ਤੇਰੇ ਨਾਲ ਯਾਨੀ ਕਿ ਜਨਾ ਕਰਨਾ ਜੋ ਕੁਛ ਵੀ, ਅਤੇ ਉਹਨੇ ਮੈਨੂੰ ਕਿਹਾ, ਮੈਨੂੰ ਮਨਾ ਕੀਤਾ ਕਿ ਮੇਰੇ ਨਾਲ ਤੂੰ ਨਾ ਕਰ, ਅਤੇ ਮੇਰੀ ਤਬੀਅਤ ਨਹੀਂ ਸਹੀ ਹੈਗੀ, ਮਤਲਬ ਗਲਤ ਕੰਮ ਕਰਨਾ। ਹਾਂਜੀ, ਕਰਦਾ ਰਹਿੰਦਾ ਸੀ ਦੋ ਦਿਨ? ਹਾਂ, ਪਹਿਲੇ ਵੀ ਉਹਨੇ ਕੀਤਾ ਸੀ, ਅਤੇ ਉਹ ਦਿਨ ਮੇਰੀ ਤਬੀਅਤ ਜਦੋਂ ਦਾ ਤਲਕ ਬਣਿਆ ਸੀ ਇਹੀ ਤਲਕ ਸੀ ਤੁਹਾਡਾ? ਹਾਂਜੀ, ਗਲਤ ਹੀ ਤਲਕ ਸੀ। ਹਾਂ, ਉਹਨੇ ਪਹਿਲੇ ਵੀ ਗੰਨਾ ਕੀਤਾ ਸੀ, ਉਹ ਦਿਨ ਮੇਰੀ ਤਬੀਅਤ ਨਹੀਂ ਠੀਕ ਸੀ, ਅਤੇ ਉਹਨੂੰ ਮੈਂ ਮਨਾ ਕੀਤਾ, ਉਹ ਹਟਿਆ ਨਹੀਂ, ਉਹਨੇ ਮੇਰੇ ਨਾਲ ਜ਼ਬਰਦਸਤੀ ਕੀਤੀ ਹੈ। ਅਤੇ ਤਬੀਅਤ ਕੀ ਖਰਾਬ ਸੀ ਤੇਰੀ? ਮੈਨੂੰ ਕਬਜ਼ ਦਾ ਮਸਲਾ ਸੀ ਉਸ ਦਿਨ। ਤੂੰ ਤਾਂ ਕਿਹਾ ਕਿ ਮੇਰੀ ਕੰਮ ਲੈ ਕੇ ਦਿੰਦਾ ਸੀ, ਉਹਦੀ ਵਜ੍ਹਾ ਤੋਂ ਦੋਸਤੀ ਸੀ? ਹਾਂਜੀ, ਤੁਹਾਡਾ ਤਾਂ ਤਲਕ ਹੀ ਗਲਤ ਹੈਗਾ ਸੀ। ਉਹ ਘਰਾਂ ਦੇ ਕੰਮ ਲੈ ਲੂ ਕੇ ਦਿੰਦਾ ਸੀ ਨਾ, ਯਾਨੀ ਕਿ ਸਾਹ ਤੋਂ ਹਟ ਕੇ ਮੈਂ ਲਹਿਦਾ ਕੰਮ ਵੀ ਕਰਨਾ ਸੀ, ਅਤੇ ਉਹਨੇ ਮੈਨੂੰ ਕੰਮ ਕੁੰਮ ਲੈ ਦਿੰਦਾ ਸੀ, ਉਹ ਫਿਰ ਉੱਥੇ ਗਏ ਹਾਂ, ਅਤੇ
खाना खुना खा के बाद चो ऐ बकुआ बने ने मैंने जबरदस्ती की है जबरदस्ती कर पहले तेरी रजामंदी ਦੇ ਨਾਲ ਮਾਮਲਾਤ ਕਰਦਾ ਸੀ ਆ ਪਹਿਲੇ ਮੈਂ ਰਜ਼ਾਮੰਦ ਕੀਨਾ ਲੇਕਿਨ ਉਸ ਦਿਨ ਮੇਰੀ ਤਬੀਅਤ ਨਹੀਂ ਠੀਕ ਉਹਨੂੰ ਮਨਾ ਵੀ ਕੀਤਾ ਸੀ ਉਹ ਨਹੀਂ ਹਟਿਆ ਤੇ ਉਹਨੇ ਮੈਨ ਜ਼ਬਰਦਸਤੀ ਕੀਤੀ ਏ ਤੇ ਤਾਂ ਵਾਸਤੇ ਮੈਂ ਉਹਨੂੰ ਮਾਰਿਆ ਕਿਵੇਂ ਮਾਰਿਆ ਫਿਰ ਉਹਨੂੰ ਉਹ ਮੈਂ ਉਹਨੇ ਮੈਨ ਜ਼ਬਰਦਸਤੀ ਕੀਤੀ ਏ ਕਰਕੇ ਬਾਅਦ ਚ ਉਹ ਵਾਸ਼ਰੂਮ ਚ ਹੋ ਕੇ ਆਇਆ ਉਹ ਲੇਟਿਆ ਤੇ ਮੈਨੂੰ ਗੁੱਸਾ ਚੜਿਆ ਮੈਨੂੰ ਦਰਦ ਹੋਈ ਏ ਉੱਥੇ ਪਿਆ ਸੀ ਤੇਸਾ ਮੈਂ ਫੜ ਕੇ ਉਹਦੇ ਸਿਰ 'ਚ ਦੋ ਮਾਰੇ ਨੇ ਇੱਕ ਸ਼ੋਲਡਰ 'ਤੇ ਮਾਰਿਆ ਤੇ ਫਿਰ ਦੁਬਾਰਾ ਉੱਥੋਂ ਤਾੜ ਪਈ ਸੀ ਤਾੜ ਫੜ ਕੇ ਮੈਂ ਉਹਦੇ ਅੰਗੂਠੇ ਨਾਲ ਲਾ ਕੇ ਤੇ ਮੈਂ ਸੋਚ ਲਾਇਆ ਤੇ ਫਿਰ 10 ਮਿੰਟ ਉੱਧਰ ਖਲੋਤਾ ਫਿਰ ਮੈਂ ਚਲਾ ਗਿਆ ਕਰੰਟ ਲਾਤਾ ਤੂੰ ਸਾਰੀ ਰਾਤ ਉੱਥੇ ਰਿਹਾ ਪੁਲਿਸ ਦੇ ਬਕੋਲ ਸਾਰੀ ਰਾਤ ਉੱਥੇ ਹੀ ਰਿਹਾ ਲੇਕਿਨ ਕਰੰਟ ਲਾ ਕੇ ਵੀ ਤੂੰ ਉੱਥੇ ਖਲੋਤਾ ਰਿਹਾ ਸੂਬਾ ਦੇ ਟਾਈਮ ਮੈਂ ਗਿਆ ਕਿੰਨੇ ਵਜੇ ਲਾਇਆ ਸੀ ਕਰੰਟ ਸੂਬਾ ਦੇ ਟਾਈਮ ਹੀ ਲਾਇਆ ਸੀ ਕਿੰਨੇ ਵਜੇ ਇਹ 7:15 ਲਾਈਟ ਆਈ ਸੀ ਉਸ ਟਾਈਮ ਲਾਇਆ ਸੀ ਸੂਬਾ ਟਾਈਮ ਉਹਨੇ ਮੈਨੂੰ ਫੇਰ ਦੁਬਾਰਾ ਕਿਹਾ ਨਹੀਂ ਪਰ ਮਰ ਨਹੀਂ ਗਿਆ ਉਹ ਜਦੋਂ ਤੂੰ ਉਹਦੇ ਇੱਥੇ ਵਾਰ ਕੀਤਾ ਸਿਰ ਦੇ ਉੱਤੇ ਨਹੀਂ ਜ਼ਿੰਦਾ ਸੀ ਹਾਂਜੀ ਕੀ ਕਵੇ ਕੀ ਕਹਿ ਰਿਹਾ ਸੀ ਉਸ ਟਾਈਮ ਬੋਲਦਾ ਕੀ ਸੀ ਨਹੀਂ ਮੈਂ ਬਕੂਆ ਮੈਨੂੰ ਮਾਰਿਆ ਦਿਨ ਦੇ ਟਾਈਮ ਹੀ ਸੂਬਾ ਸੂਬਾ ਦਾ 7:15 ਉਹ ਦਿਨ ਦੇ ਟਾਈਮ ਹੀ ਕੀ ਕਹਿ ਰਿਹਾ ਸੀ ਉਹ ਮੈਨੂੰ ਕੁਝ ਜਾਣ ਨੇ ਮੇਰੇ ਨਾਲ ਜ਼ਿਆਦਤੀ ਕੀਤੀ ਦੁਬਾਰਾ ਫਿਰ ਮੈਨੂੰ ਉਹਨੇ ਕਿਹਾ ਕਿ ਮੇਰੇ ਨਾਲ ਫਿਰ ਯਾਨੀ ਕਿ ਕੋਲ ਆਣੇ ਮੈਨੂੰ ਗਾਲ ਕੱਢੀ ਸੀ ਤੇ ਮੈਨੂੰ ਅੱਗੇ ਪਹਿਲੇ ਦਰਦ ਹੋਣ ਦੀ ਦੁਬਾਰਾ ਉਹਨੇ ਮੈਨੂੰ ਫਿਰ ਕਿਹਾ ਮੈਂ ਤੇਰੇ ਨਾਲ ਜ਼ਿਆਦਤੀ ਕਰਨੀ ਮੈਂ ਕਿਹਾ ਨਾ ਕਰ ਤੇ ਉਹਨੇ ਗਾਲ ਕੱਢੀ ਤੇ ਮੈਨੂੰ ਗੁੱਸਾ ਆਇਆ ਤੇ ਮੈਂ ਫੜ ਕੇ ਉਹਨੂੰ ਮਾਰਿਆ ਤੇ ਸਾਹ ਦੇ ਸਿਰ 'ਚ 2 ਦਫ਼ਾ ਮਾਰਿਆ 1 ਦਫ਼ਾ ਸ਼ੋਲਡਰ 'ਤੇ ਮਾਰਿਆ ਅਤੇ ਉਹ ਉਸੇ ਤਰ੍ਹਾਂ ਲੇਟਿਆ ਰਿਹਾ ਫਿਰ ਮੈਂ ਤਾੜ ਫੜ ਕੇ ਉਹਦੇ ਪਾਉਂ 'ਤੇ ਦੋਵਾਂ 'ਤੇ ਲਾ ਕੇ ਅਤੇ ਮੈਂ ਸੋਚ ਲਾ ਦਿੱਤਾ ਅਤੇ 10 ਮਿੰਟ ਉੱਥੇ ਮੈਂ ਪਿਆ ਅਤੇ ਉਸ ਤਰ੍ਹਾਂ ਹੀ ਮੈਂ ਫਿਰ ਬਾਹਰ ਨਿਕਲ ਉਹਨੂੰ ਕਰੰਟ ਲਾ ਦਿੱਤਾ ਹਾਂ ਫਿਰ ਤੜਪਦਾ ਰਿਹਾ ਉਹ ਕਰੰਟ ਕਰੰਟ ਦੇ ਵਿੱਚ 5 ਮਿੰਟ ਮੈਂ ਵੇਖਿਆ ਅਤੇ ਬਾਅਦ 'ਚ ਫਿਰ ਮੈਂ 5 ਮਿੰਟ ਕੀ ਵੇਖਿਆ ਅਤੇ ਮੈਂ ਉਹਨੂੰ ਲਾ ਕੇ ਬਾਅਦ 'ਚ ਉਸੇ ਤਰ੍ਹਾਂ ਹੀ ਮੈਂ ਉਹਦਾ ਮੋਬਾਈਲ ਫੋਨ ਫੜਿਆ ਅਤੇ ਉਹ LCD ਫੜੀ ਅਤੇ ਮੈਂ ਮੋਟਰਸਾਈਕਲ ਬਾਹਰ ਕੱਢੀ ਮੈਂ ਉੱਥੋਂ ਨਿਕਲ ਗਿਆ LCD ਉਹਦੇ ਘਰੋਂ ਲਾਈ ਹਾਂਜੀ ਹੋਰ ਕੀ ਲਾਇਆ ਇੱਕ ਮੋਬਾਈਲ ਫੋਨ ਸੀ ਤੇ ਮੋਟਰਸਾਈਕਲ ਆਉਂਦੀ ਸੀ ਉਹ ਮੈਂ ਲੈ ਆਇਆ ਤੂੰ ਕਹਿੰਦਾ ਕਿ ਤੇਰੇ ਉਹਦੇ ਨਾਲ ਗਲਤ ਮਾਮਲਾ ਸੀ ਮਰਾਸਮ ਸੀ ਪਹਿਲੇ ਵੀ ਕਰਦਾ ਰਿਹਾ ਫਿਰ ਤੈਨੂੰ ਕਿਸ ਚੀਜ਼ ਦਾ ਗੁੱਸਾ ਆਇਆ ਸਰ ਜੀ ਮੇਰੀ ਤਬੀਅਤ ਇੰਨੀ ਖਰਾਬ ਸੀ ਮੈਂ ਮਨਾ ਕੀਤਾ ਉਹ ਨਹੀਂ ਹਟਿਆ ਠੀਕ ਹੈ ਤਾਂ ਫਿਰ ਕਤਲ ਕਰਤਾ ਤਾਂ ਫਿਰ ਡਕੈਤੀ ਕਰਨ ਦੀ ਕੀ ਲੋੜ ਹੈ ਡਕੈਤੀ ਸਰ ਜੀ ਉਹਦੇ ਕੋਲ ਮੈਂ ਉਹਦੇ ਤੋਂ 30-35 ਹਜ਼ਾਰ ਰੁਪਇਆ ਉਹਨੂੰ ਦੇ ਚੁੱਕਿਆ ਸਾਂ ਮੈਂ ਗੁੱਸੇ ਵਿੱਚ ਚੀਜ਼ਾਂ ਫੜੀਆਂ ਸੀ ਡਕੈਤੀ ਨਹੀਂ ਮੈਂ ਅੱਲਾ ਦੇ ਕਮਨਾ ਡਕੈਤੀ ਪਰ ਉਹਨੇ ਉਹਨੂੰ ਮੈਂ ਮਾਰਿਆ ਹਾਂ ਤੇ ਫਿਰ ਉਹ ਚੀਜ਼ਾਂ ਲਾ ਕੇ ਜਿਹੜੀ ਮੋਟਰਸਾਈਕਲ ਲੈ ਗਏ ਆ LCD ਲੈ ਗਏ ਆ ਮੋਬਾਈਲ ਲੈ ਗਏ ਆ ਇਹਦਾ ਇਸ ਗੈਰਤ ਦੇ ਨਾਲ ਕੀ ਤਲਕ ਹੈ ਜਾਂ ਤੇਰੇ ਨਾਲ ਜ਼ਿਆਦਤੀ ਕੀਤੀ ਉਹਨੇ ਬਸ ਹੱਟ ਜੀ ਉਹ ਗਲਤੀ ਹੋਈ ਹੈ ਕਿ ਮੈਂ ਉੱਥੋਂ ਲੈ ਗਿਆ ਗੁੱਸੇ 'ਚ ਲੈ ਕੇ ਗਿਆ ਹਾਂ ਕਿ ਮੇਰੇ ਉਸ ਤਰ੍ਹਾਂ ਪੈਸੇ ਨਹੀਂ ਨਿਕਲਣਗੇ ਚਲੋ ਇੰਝ ਨਿਕਲਾਂਗੇ ਗੁੱਸੇ 'ਚ ਲੈ ਕੇ ਗਿਆ ਔਰ ਮੈਂ ਚੀਜ਼ਾਂ ਸਿਰ 'ਚ ਮਾਰਨੀਆਂ ਚੀਜ਼ਾਂ ਮੈਂ ਕਿਹਾ ਉਸ ਚੀਜ਼ਾਂ ਮੈਂ ਕੀ ਕਰ ਕੀ ਫਿਰ ਸਿਰ 'ਚ ਮਾਰੀਆਂ ਚੀਜ਼ਾਂ ਕੀ ਕੀਤਾ ਚੀਜ਼ਾਂ ਦਾ ਕੁਛ ਨਹੀਂ ਮੈਂ ਵਾਪਸ ਲਿਆ ਦੀ ਤੂੰ ਨਹੀਂ ਨਹੀਂ ਵਾਪਸ ਨਹੀਂ ਲਿਆ ਕੇ ਦੇਣੀਆਂ ਚੀਜ਼ਾਂ ਲੈ ਗਏ ਆ ਤੂੰ ਕਿੱਥੇ ਲੈ ਕੇ ਗਏ ਆ ਕਿੱਥੇ ਦਿੱਤੀਆਂ ਚੀਜ਼ਾਂ ਚੀਜ਼ਾਂ ਮੋਟਰਸਾਈਕਲ ਕਬਾੜੀਆਂ ਨੇ ਦਿੱਤੀ ਸੀ ਹਾਂ ਕਿੰਨੇ ਦੀ ਵੇਚੀ ਉਹ ਨੂੰ ਦਿੱਤੀ ਸੀ 64 ਰੁਪਏ ਇਹ ਤਾਂ ਪੁਲਿਸ ਲੈ ਕੇ ਆਈ ਹੈ ਵਾਪਸ ਤੂੰ ਨਹੀਂ ਲੈ ਕੇ ਆਇਆ ਹਾਂ ਹਾਂਜੀ ਉਹ ਕਿੰਨੇ ਦੀ ਦਿੱਤੀ ਉਹ 64 ਰੁਪਏ ਦੇ ਦਿੱਤੇ 6400 ਦੀ ਕਿਹੜੀ ਮੋਟਰਸਾਈਕਲ ਸੀ ਉਹ 100 ਮੋਟਰਸਾਈਕਲ ਅੱਛਾ ਉਹਦੀ ਕੀ ਸੀ ਮਕਤੂਲ ਦੀ ਇਬਰਾਦ ਦੀ ਹਾਂਜੀ ਅੱਛਾ ਉਹਨੇ ਖਰੀਦ ਲਈ ਤੇਰੇ ਕੋ 6400 ਦੀ ਫਿਰ LCD ਕਿਹਨੇ ਵੇਚੀ LCD ਨੇ ਵੇਚੀ ਉਹ ਵੈਸੇ ਘਰ ਰੱਖੀ ਸੀ ਮੈਂ